ਆਵਾ ਵਗੀਏ ਰੇ ਦੀਤਾਲ ਬਾਬਾ, ਆਵਾ ਵਗੀਏ ਰੇ ਦੀਤਾਲ ਬਾਬਾ, ਨਾਲੇ ਤੱਕਾ ਤੇ ਨਾਲੇ ਬਲਹਾਰ ਜਾਵਾ। ਪਵਿੱਤਰ ਵੇਈਂ ਦੀ ਕਾਰ ਸੇਵਾ, ਇੱਕ ਯੁੱਗ ਪਲਟਾਊ ਕਾਰਜ। ਸੁਲਤਾਨਪੁਰ ਲੋਧੀ, ਬਾਬੇ ਨਾਨਕ ਦੀ ਨਗਰੀ। ਇਸ ਇਤਿਹਾਸਕ ਨਗਰੀ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ 14 ਸਾਲ 9 ਮਹੀਨੇ 13 ਦਿਨਾਂ ਤੱਕ ਆਪਣੇ ਚਰਨਾਂ ਦੀ ਛੋਹ ਬਖਸ਼ਦੇ ਰਹੇ। ਸੁਲਤਾਨਪੁਰ ਲੋਧੀ ਦੇ ਬਗਲ ਦੁਆਲੇ ਘੁੰਮਦੀ ਕਾਲੀ ਵੇਈ ਨੂੰ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਚਰਨਾਂ ਦੀ ਛੋਹ ਬਖਸ਼ ਕੇ ਪਵਿੱਤਰ ਨਦੀ ਬਣਾ ਦਿੱਤਾ। ਇਸ ਇਤਿਹਾਸ ਦੇ ਵਰਕੀ ਫਰੋਲਦਿਆਂ ਪਤਾ ਲੱਗਦਾ ਹੈ ਕਿ ਇੱਕ ਦਿਨ ਇਸ਼ਨਾਨ ਕਰਦਿਆਂ ਗੁਰੂ ਨਾਨਕ ਦੇਵ ਜੀ ਇਸ ਕਾਲੀ ਵੇਈ 'ਚ ਅਲੋਪ ਹੋ ਗਏ ਸਨ ਅਤੇ 3 ਦਿਨਾਂ ਬਾਅਦ ਵੇਈ 'ਚੋਂ ਪ੍ਰਗਟ ਹੋਏ ਸਨ। ਵੇਈ ਵਿੱਚੋਂ ਬਾਹਰ ਆ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਸ ਵਿਸ਼ਵ ਨੂੰ ਇੱਕ ਓਅੰਕਾਰ ਦਾ ਸੁਨੇਹਾ ਦਿੱਤਾ। ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਕਰਕੇ ਪਵਿੱਤਰ ਹੋਈ ਇਸ ਵੇਈ ਵਿੱਚ ਸੰਗਤਾਂ ਸ਼ਰਧਾ ਨਾਲ ਇਸ਼ਨਾਨ ਕਰਦੀਆਂ ਨੇ। ਸ਼ਰਧਾ ਨਾਲ ਹੀ ਇਸ ਵਿੱਚੋਂ ਚੂਲਾ ਲੈ ਕੇ ਆਪਣੀ ਆਤਮਾ ਨੂੰ ਤ੍ਰਿਪਤ ਕਰਦੀਆਂ ਆ ਰਹੀਆਂ ਨੇ। ਪਿਛਲੇ ਦਹਾਕਿਆਂ ਤੋਂ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਇਸ ਪਵਿੱਤਰ ਵੇਈ ਦੀ ਕਾਰ ਸੇਵਾ ਕਰਦੇ ਆ ਰਹੇ ਨੇ। ਜਲਕੁੰਭੀ ਬੂਟੀ, ਜਿਸ ਨੂੰ ਹਾਈਸੰਤ ਬੂਟੀ ਵੀ ਕਹਿੰਦੇ ਨੇ, ਇਸ ਬੂਟੀ ਨਾਲ ਇਹ ਪਵਿੱਤਰ ਕਾਲੀ ਵੇਈ ਹਰ ਸਾਲ ਭਰ ਜਾਂਦੀ ਹੈ। ਸੰਤ ਸੀਚੇਵਾਲ ਜੀ ਸੰਗਤਾਂ ਨੂੰ ਨਾਲ ਲੈ ਕੇ ਹਰ ਸਾਲ ਹੀ ਇਸ ਬੂਟੀ ਨੂੰ ਕੱਢਦੇ ਆ ਰਹੇ ਨੇ। ਇਹ ਬੂਟੀ ਬਰਸਾਤਾਂ ਵਿੱਚ ਹੜ੍ਹ ਦਾ ਕਾਰਨ ਵੀ ਬਣ ਜਾਂਦੀ ਹੈ। ਸੰਤ ਸੀਚੇਵਾਲ ਜੀ ਪਿਛਲੇ ਦਹਾਕਿਆਂ ਤੋਂ ਬਾਬੇ ਨਾਨਕ ਦੀ ਇਸ ਵੇਈ ਦੀ ਪਵਿੱਤਰਤਾ ਨੂੰ ਕਾਇਮ ਰੱਖਣ 'ਚ ਜੀ ਜਾਨ ਨਾਲ ਲੱਗੇ ਹੋਏ ਨੇ। ਜਲਕੁੰਭੀ ਬੂਟੀ ਕੱਢ ਕੱਢ ਕੇ ਬਾਹਰ ਰੱਖੇ ਅੰਬਾਰ ਦੱਸਦੇ ਨੇ ਕਿ ਇਹ ਕਾਰਜ ਕਿੰਨਾ ਔਖਾ ਤੇ ਜੋਖਮ ਭਰਿਆ ਹੈ। ਪਵਿੱਤਰ ਕਾਲੀ ਵੇਈ ਦੀ ਕਾਰ ਸੇਵਾ ਨੇ ਇੱਕ ਅਜਿਹੇ ਯੁੱਗ ਦੀ ਸ਼ੁਰੂਆਤ ਕੀਤੀ ਹੈ ਜਿਸ ਬਾਰੇ ਅਗਾਊਂ ਅੰਦਾਜ਼ੇ ਲਾਉਣੇ ਔਖੇ ਨੇ। ਪਵਿੱਤਰ ਕਾਲੀ ਵੇਈ ਦੀ ਕਾਰ ਸੇਵਾ ਨੇ ਕਾਰ ਸੇਵਾ ਦੇ ਅਰਥਾਂ ਦੀ ਨਵੀਂ ਪਰਿਭਾਸ਼ਾ ਲਿਖੀ ਹੈ। ਕਾਰ ਸੇਵਾ ਨੇ ਪੰਜਾਬ ਨੂੰ ਨਵਾਂ ਰਾਹ ਦਿਖਾਇਆ ਹੈ। ਅੱਜ ਜਿਹੜਾ ਪਾਣੀ ਬੁੱਢੇ ਨਾਲੇ ਰਾਹੀਂ ਦਰਿਆ ਸਤਲੁਜ ਪੈ ਰਿਹਾ, ਇਹਦੇ ਵਿੱਚ ਕੈਮੀਕਲ ਜ਼ਹਿਰਾਂ ਏਸਿਡ ਬਹੁਤ ਕੁਛ ਉਹਦੇ ਵਿੱਚ ਘੁਲਿਆ ਹੋਇਆ, ਜਿਹੜਾ ਤੁਹਾਡੇ ਨਲਕਿਆਂ ਰਾਹੀਂ ਵੀ ਤੇ ਸਿੱਧੇ ਰੂਪ ਦੇ ਵਿੱਚ ਰਾਜਸਥਾਨ ਦੇ ਲੋਕ ਤੇ ਮਾਲਵੇ ਦੇ ਲੋਕ ਇਸ ਨੂੰ ਪੀ ਕੇ ਕੈਂਸਰ ਵਰਗੇ ਰੋਗਾਂ ਨੂੰ ਪੀੜਤ ਹਨ। ਸੋ ਇਹ ਸਿੱਧੇ ਰੂਪ ਦੇ ਵਿੱਚ ਜ਼ਹਿਰ ਦਰਿਆ ਸਤਲੁਜ ਵਿੱਚ ਸਿੱਟੀ ਜਾ ਰਹੀ ਹੈ। ਵੇਈ ਦੀ ਕਾਰ ਸੇਵਾ ਨੇ ਬਹੁਤ ਕੁਝ ਬਦਲ ਕੇ ਰੱਖ ਦਿੱਤਾ ਹੈ। ਪਵਿੱਤਰ ਵੇਈ ਦੀ ਕਾਰ ਸੇਵਾ ਇੰਨਾ ਕੁਝ ਬਦਲ ਕੇ ਰੱਖ ਦੇਵੇਗੀ ਇਸ ਦੀ ਕਿਸੇ ਨੇ ਕਲਪਨਾ ਵੀ ਨਹੀਂ ਸੀ ਕੀਤੀ। ਪਵਿੱਤਰ ਵੇਈ ਦੀ ਕਾਰ ਸੇਵਾ ਦੇ ਇਤਿਹਾਸ ਤੇ ਝਾਤ ਮਾਰਦਿਆਂ ਕਈ ਅਜਿਹੇ ਪਹਿਲੂ ਵੀ ਸਾਹਮਣੇ ਆਏ ਜਿਸ ਨੂੰ ਦੇਖ ਕੇ ਰੂਹ ਕੰਬ ਜਾਏ। ਵੇਈ ਦੀ ਕਾਰ ਸੇਵਾ ਨੇ ਇੱਕ ਅਜਿਹਾ ਇਤਿਹਾਸ ਸਿਰਜਿਆ ਹੈ ਜਿਸ ਨੂੰ ਆਉਣ ਵਾਲੀਆਂ ਪੀੜ੍ਹੀਆਂ ਸਦੀਆਂ ਤੱਕ ਯਾਦ ਰੱਖਣਗੀਆਂ। ਸਮਾਂ ਆਪਣੀ ਤੋਰੇ ਤੁਰਦਾ ਗਿਆ ਤੇ ਵੇਈ ਦਾ ਵਹਿਣ ਦਹਾਕਿਆਂ ਤੋਂ ਵਗਦਾ ਰਿਹਾ।
ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਧਨੋਆ ਤੋਂ ਸ਼ੁਰੂ ਹੁੰਦੀ ਇਹ ਕਾਲੀ ਵੇਈ ਸੱਪ ਵਾਂਗ ਵਲ ਖਾਂਦੀ ਹੈ। ਪਵਿੱਤਰ ਵੇਈ 160 ਕਿਲੋਮੀਟਰ ਦਾ ਲੰਬਾ ਪੈੜਾ ਤੈਅ ਕਰਕੇ ਸੁਲਤਾਨਪੁਰ ਲੋਧੀ ਚੋਂ ਹੁੰਦੀ ਹੋਈ ਹਰੀਕੇ ਪੱਤਣ ਜਾ ਕੇ ਬਿਆਸ ਦਰਿਆ 'ਚ ਜਾ ਸਮਾਉਂਦੀ ਹੈ। ਸਮੇਂ ਨੇ ਕਰਵਟ ਲਈ। ਵੇਈ ਵਿੱਚ ਗੰਦਾ ਪਾਣੀ ਪਾਉਣ ਦਾ ਅਜਿਹਾ ਘਿਨਾਉਣਾ ਅਪਰਾਧ ਸ਼ੁਰੂ ਹੋਇਆ ਕਿ ਜਿਹੜਾ ਅੱਜ ਤੱਕ ਵੀ ਨਿਰੰਤਰ ਜਾਰੀ ਹੈ। ਸਮਾਜ ਦੀ ਇਸ ਬੇਰੁਖੀ ਨਾਲ ਬਾਬੇ ਨਾਨਕ ਦੀ ਵੇਈ ਆਪਣੇ ਆਖਰੀ ਸਾਹਾਂ 'ਤੇ ਆ ਗਈ। ਕਹਿੰਦੇ ਨੇ ਜਦੋਂ ਅਕਾਲ ਪੁਰਖ ਨੇ ਕੋਈ ਕਾਰਜ ਕਰਵਾਉਣਾ ਹੁੰਦਾ ਹੈ ਤਾਂ ਉਹ ਆਪ ਕਿਸੇ ਨਾ ਕਿਸੇ ਜੀਵ ਉੱਤੇ ਆਪਣੀ ਮਿਹਰ ਦਾ ਹੱਥ ਰੱਖਦਾ ਹੈ। ਇਹ ਮਿਹਰ ਭਰਿਆ ਹੱਥ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਦੇ ਸਿਰ 'ਤੇ ਰੱਖਿਆ ਗਿਆ। 15 ਜੁਲਾਈ 2000 ਨੂੰ ਜਲੰਧਰ 'ਚ ਹੋਈ ਇੱਕ ਮੀਟਿੰਗ ਦੌਰਾਨ ਸਾਰੇ ਬੁੱਧੀਜੀਵੀਆਂ ਨੇ ਬਾਬੇ ਨਾਨਕ ਦੀ ਪਲੀਤ ਹੋ ਚੁੱਕੀ ਵੇਈ ਬਾਰੇ ਫਿਕਰਮੰਦੀ ਜ਼ਾਹਰ ਕੀਤੀ। ਇਸ ਮੀਟਿੰਗ ਵਿੱਚ ਹੀ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਵੀ ਆਪਣੇ ਸੇਵਾਦਾਰਾਂ ਨਾਲ ਸ਼ਾਮਲ ਹੋਏ ਸਨ। ਉਹਨਾਂ ਸਾਰੇ ਬੁਲਾਰਿਆਂ ਦੇ ਬੋਲਣ ਤੋਂ ਬਾਅਦ ਕਿਹਾ, ਇਨਸਾਨ ਜਦੋਂ ਬੰਦਾ ਬਣ ਕੇ ਇਨਸਾਨ ਬਣ ਕੇ ਵੀ ਉਹ ਕਰਮ ਨਹੀਂ ਕਰਦਾ ਜਿਹੜੇ ਕਰਮ ਇਹਨੂੰ ਕਰਨੇ ਚਾਹੀਦੇ। ਤੇ ਜਿੱਥੇ ਜਿਕਰ ਸਾਡੀ ਗੁਰੂ ਨਾਨਕ ਦੀ ਅਸੀਂ ਹਜੇ ਮੂਲ ਮੰਤਰ ਤੋਂ ਸ਼ੁਰੂ ਕਰਿਆ, ਸਾਡੀ ਵਿਚਾਰ ਕਿ ਇਸ ਇੱਕ ਵਿਚਾਰ ਦੇ ਉੱਤੇ ਕੇਂਦਰਿਤ ਹੋਵੇ। ਸਾਨੂੰ ਹਰ ਹਿਰਦਾ ਦਿਸਦਾ ਕਿ ਹਰ ਹਿਰਦਾ ਇਸ ਵਿਚਾਰਾਂ ਦੇ ਨਾਲ ਸਹਿਮਤ ਆ। ਜੇ ਤੁਸੀਂ ਦੂਸਰੇ ਨੂੰ ਵੀ ਇਹ ਗੱਲ ਕਹੋਗੇ, ਇਹੋ ਜਿਹਾ ਕੋਈ ਨਹੀਂ ਹੋਊਗਾ ਕਿ ਜਿਹੜਾ ਗੁਰੂ ਨਾਨਕ ਦੇ ਘਰ ਨੂੰ ਪਵਿੱਤਰ ਨਹੀਂ ਦੇਖਣਾ ਚਾਹੁੰਦਾ। ਕਹਿੰਦੇ ਹਨ ਕਿ ਕੋਈ ਵੀ ਵੱਡਾ ਕੰਮ ਕਰਨ ਤੋਂ ਪਹਿਲਾਂ ਉਸ ਦਾ ਅਭਿਆਸ ਕਰਨਾ ਜ਼ਰੂਰੀ ਹੁੰਦਾ ਹੈ। ਸੰਤ ਸੀਚੇਵਾਲ ਜੀ ਨੇ ਪਵਿੱਤਰ ਕਾਲੀ ਵੇਈ ਦੀ ਇਤਿਹਾਸਕ ਕਾਰ ਸੇਵਾ ਸ਼ੁਰੂ ਕਰਨ ਤੋਂ 10 ਸਾਲ ਪਹਿਲਾਂ ਹੀ ਦੋਨਾਂ ਇਲਾਕੇ ਦੇ ਟਿੱਬਿਆਂ ਨੂੰ ਢਾ ਕੇ ਰਸਤੇ ਬਣਾਉਣ ਦਾ ਕਾਰਜ ਕੀਤਾ। ਟਿੱਬੇ ਢਾ ਕੇ ਤਿਆਰ ਕੀਤੇ ਰਸਤਿਆਂ ਦਾ ਕਾਰਜ ਪਵਿੱਤਰ ਕਾਲੀ ਵੇਈ ਦੀ ਕਾਰ ਸੇਵਾ ਲਈ ਇੱਕ ਤਰ੍ਹਾਂ ਦਾ ਜੰਗੀ ਅਭਿਆਸ ਹੀ ਸੀ। ਸੰਤ ਸੀਚੇਵਾਲ ਜੀ ਦਾ ਕਥਨ ਹੈ ਕਿ ਰਸਤੇ ਇਲਾਕੇ ਦੀਆਂ ਜੀਵਨ ਰੇਖਾਵਾਂ ਹੁੰਦੀਆਂ ਨੇ, ਜਿਨ੍ਹਾਂ ਦੇ ਸੁਧਰਨ ਨਾਲ ਤਕਦੀਰ ਹੀ ਬਦਲ ਜਾਂਦੀ ਹੈ। ਬਾਬਾ ਜੀ ਵੱਲੋਂ ਵੱਖ ਵੱਖ ਪਿੰਡਾਂ ਦੇ ਬਣਾਏ ਰਸਤਿਆਂ ਨੇ ਦੋਨਾਂ ਇਲਾਕੇ ਦਾ ਮੂੰਹ ਮਹਾਂਦਰਾ ਹੀ ਬਦਲ ਕੇ ਰੱਖ ਦਿੱਤਾ ਹੈ। ਰਸਤੇ ਬਣਨ ਨਾਲ ਹੀ ਕਿਸਾਨਾਂ ਦੀ ਕੌਡੀਆਂ ਦੇ ਭਾਅ ਵਿਕਦੀ ਜ਼ਮੀਨ ਸੋਨਾ ਬਣ ਗਈ ਹੈ। ਇਹ ਸਾਰਾ ਕਮਾਲ ਰਸਤੇ ਬਣਨ ਨਾਲ ਹੀ ਹੋਇਆ ਸੀ। 16 ਜੁਲਾਈ 2000 ਨੂੰ ਸਾਉਣ ਮਹੀਨੇ ਦੀ ਸੰਗਰਾਂਦ ਵਾਲੇ ਦਿਨ ਗੁਰਦੁਆਰਾ ਬੇਰ ਸਾਹਿਬ ਅਰਦਾਸ ਕਰਕੇ ਸੰਤ ਸੀਚੇਵਾਲ ਜੀ ਨੇ ਵੇਈ ਦੀ ਕਾਰ ਸੇਵਾ ਸ਼ੁਰੂ ਕਰ ਦਿੱਤੀ। ਵੇਈ ਦੀ ਕਾਰ ਸੇਵਾ ਕੋਈ ਸੌਖਾ ਕਾਰਜ ਨਹੀਂ ਸੀ। ਵੇਈ 'ਚ ਅੰਤਾਂ ਦੀ ਬੂਟੀ ਹੋਣ ਕਾਰਨ ਇਹ ਕਾਰਜ ਇੱਕ ਵੱਡੀ ਚੁਣੌਤੀ ਬਣਿਆ ਹੋਇਆ ਸੀ। ਵੇਈ 'ਚੋਂ ਬੂਟੀ ਕੱਢਣ ਲਈ ਬਾਬਾ ਜੀ ਨੇ ਆਪਣੀ ਸਾਰੀ ਤਾਕਤ ਝੋਕ ਦਿੱਤੀ।
ਸੰਤ ਬਲਬੀਰ ਸਿੰਘ ਸੀਚੇਵਾਲ ਜੀ ਵੱਲੋਂ ਪਵਿੱਤਰ ਕਾਲੀ ਵੇਈਂ ਦੀ ਸ਼ੁਰੂ ਕੀਤੀ ਕਾਰ ਸੇਵਾ 'ਚ ਸੰਗਤਾਂ ਵੱਧ ਚੜ ਕੇ ਹਿੱਸਾ ਲੈਂਦੀਆਂ ਰਹੀਆਂ। ਬਾਬਾ ਜੀ ਆਪ ਬਾਬੇ ਨਾਨਕ ਦੀ ਇਸ ਵੇਈਂ ਵਿੱਚੋਂ ਘੰਟਿਆਂ ਬੱਧੀ ਸਮਾਂ ਲਾ ਕੇ ਬੂਟੀ ਕੱਢਣ ਵਿੱਚ ਲੱਗੇ ਰਹਿੰਦੇ। ਵੇਈਂ ਨੂੰ ਸੁੰਦਰ ਬਣਾਉਣ ਲਈ ਇਸ ਦੇ ਕਿਨਾਰਿਆਂ ਤੇ ਪੱਥਰ ਲਾਉਣ ਦਾ ਕੰਮ ਸ਼ੁਰੂ ਕੀਤਾ ਗਿਆ। ਸੁਲਤਾਨਪੁਰ ਲੋਧੀ ਵਿੱਚ ਇਹ ਕਾਰ ਸੇਵਾ ਕਈ ਸਾਲ ਚੱਲਦੀ ਰਹੀ। ਬਾਬਾ ਜੀ ਆਪ ਦੇ ਰਾਤ ਤੱਕ ਇਸ ਕੰਮ ਵਿੱਚ ਡਟੇ ਰਹਿੰਦੇ। ਉਹਨਾਂ ਨਾਲ ਸੰਗਤਾਂ ਵੀ ਸੇਵਾ ਵਿੱਚ ਲੱਗੀਆਂ ਰਹਿੰਦੀਆਂ। ਵੇਈਂ ਚੋਂ ਟਰੈਕਟਰਾਂ ਨਾਲ ਮਿੱਟੀ ਬਾਹਰ ਕੱਢੀ ਜਾਣ ਲੱਗੀ। ਬਾਬਾ ਜੀ ਕਈ ਕਈ ਘੰਟੇ ਆਪ ਟਰੈਕਟਰ ਚਲਾਉਂਦੇ ਸਨ। ਵੇਈਂ ਦੇ ਕੰਢਿਆਂ ਨੂੰ ਮਿੱਟੀ ਪਾ ਕੇ ਮਜ਼ਬੂਤ ਕੀਤਾ ਗਿਆ। ਸੁਲਤਾਨਪੁਰ ਵਿੱਚ ਵੇਈਂ ਦੀ ਕਾਰ ਸੇਵਾ ਵਿੱਚ ਸਫਲਤਾ ਮਿਲਣ ਦੇ 3 ਸਾਲ ਬਾਅਦ ਜ਼ਿਲ੍ਹਾ ਹੁਸ਼ਿਆਰਪੁਰ ਤੋਂ ਵੇਈਂ ਦੀ ਸੇਵਾ ਸ਼ੁਰੂ ਕੀਤੀ ਗਈ। ਇਹ ਵੇਈਂ ਇਧਰੋਂ ਹੀ ਆਉਂਦੀ ਹੈ। ਵੇਈਂ ਬੰਦ ਹੋਣ ਕਾਰਨ ਇਹ ਇਲਾਕਾ ਸੇਮ ਦੀ ਮਾਰ ਹੇਠ ਆਇਆ ਹੋਇਆ ਸੀ। ਸੇਮ ਕਾਰਨ ਲੋਕਾਂ ਦੀਆਂ ਜ਼ਮੀਨਾਂ 'ਚ ਕੋਈ ਫਸਲ ਨਹੀਂ ਸੀ ਹੁੰਦੀ। ਇੱਧਰ ਜਦੋਂ ਵੇਈਂ ਦੀ ਕਾਰ ਸੇਵਾ ਸ਼ੁਰੂ ਹੋਈ ਤਾਂ ਸੰਗਤਾਂ ਵਹੀਰਾਂ ਘੱਤ ਕੇ ਕਾਰ ਸੇਵਾ ਵਿੱਚ ਆਉਣ ਲੱਗੀਆਂ। ਸੰਗਤਾਂ ਦੇ ਮਨ ਵਿੱਚ ਬਾਬੇ ਨਾਨਕ ਦੀ ਵੇਈਂ ਦੀ ਹੱਥੀਂ ਕਾਰ ਸੇਵਾ ਕਰਨ ਦਾ ਚਾਅ ਸੀ। ਵੇਈਂ ਦੀ ਨਿਰੰਤਰ ਚੱਲੀ ਕਾਰ ਸੇਵਾ ਨੇ ਇਲਾਕੇ ਦੀ ਤਸਵੀਰ ਤੇ ਤਕਦੀਰ ਬਦਲ ਕੇ ਰੱਖ ਦਿੱਤੀ।